ये लोड़ी बेटी के नाम के स्लोगन के नीचे चंडीगढ़ सेक्टर 7C में प्रसिद्ध ढाबा 1986 में जो स्थापित हुआ था उसमें लोड़ी का समागम आयोजित किया गया। इस समागम में पंजाब के कैबिनेट मंत्री सुखजिंदर रंधावा, मोगा से विधायक हरजोत कंवल, जीरा से विधायक कुलबीर जीरा, SS बोर्ड में मेंबर जसपाल सिंह, सीनियर कांग्रेस लीडर दिलजीत गिलजिया ने पत्रकार रविंदर मीत की बेटी अमायरा को उसकी पहली लोड़ी पर आशीर्वाद दिया। इस मौके के अमायरा को फूलों से सजी कार में घर से लोड़ी पर लाया गया और अमायरा ने लोड़ी में तिल डालने की रस्म अदा की और सभी का आशीर्वाद हासिल किया। लोड़ी की रस्म के बाद अमायरा के पहले जन्मदिन का केक भी काटा गया। इस मौके पर कैबिनेट मंत्री सुखजिंदर रंधावा ने कहा कि बेटी की लोड़ी पर शामिल होना उनके लिए सम्मान की बात है और जिस तरह अनोखे तरीके से अमायरा की लोड़ी पर फूलों से सजी कार पर लाया गया वो भी समाज में एक अच्छा संदेश देता है कि आज की तारीख में बेटी बेटा एक समान है। ਜਿਹੜੇ ਤੀਆਂ ਜਿਸ ਘਰ 'ਚ ਹੋਣ ਉਸ ਘਰ 'ਚ ਖੁਸ਼ੀ ਵੀ ਆਉਂਦੀ ਆ ਔਰ ਮੇਰੀਆਂ ਤਾਂ ਆਪਣੀਆਂ ਦੋ ਬੇਟੀਆਂ ਨੇ ਔਰ ਜਿਸ ਵੇਲੇ ਉਹਨਾਂ ਦੇ ਵਿੱਚ ਜਾ ਕੇ ਬੈਠਾ ਬੇਟੀਆਂ ਦੇ ਵਿੱਚ ਅਤੇ ਵੇਟ ਕਰਦੀਆਂ ਹੁੰਦੀਆਂ ਅਤੇ ਉਸ ਵੇਲੇ ਸਭ ਤੋਂ ਵੱਧ ਮਾਂ ਬਾਪ ਨੂੰ ਖੁਸ਼ੀ ਹੁੰਦੀ ਆ ਔਰ ਜਿਹਦੇ ਗੁਰੂ ਸਾਹਿਬ ਨੇ ਵੀ ਧੀ ਨੂੰ ਸਭ ਤੋਂ ਵੱਡਾ ਉੱਚਾ ਦਰਜਾ ਦਿੱਤਾ ਔਰ ਅੱਜ ਜਿਸ ਤਰੀਕੇ ਨਾਲ ਸਾਡਾ ਸਮਾਜ ਬੇਟੀਆਂ ਦੀ ਲੋਹੜੀ ਮਨਾ ਕੇ ਅਤੇ ਉਹਨਾਂ ਦੇ ਜਸ਼ਨ ਮਨਾ ਰਿਹਾ ਅਤੇ ਬੇਟੇ ਔਰ ਬੇਟੀ ਦੇ ਵਿੱਚ ਕੋਈ ਫਰਕ ਨਹੀਂ। ਜਿਹੜੀ ਮੀਤ ਨੇ ਆਪਣੀ ਬੇਟੀ ਦੀ ਲੋਹੜੀ ਬਣਾ ਕੇ ਇੱਥੇ ਸਾਨੂੰ ਸਾਰਿਆਂ ਨੂੰ ਬੁਲਾਇਆ, ਮੇਰਾ ਵੀ ਧੰਨਵਾਦ ਕਰਦਾ ਔਰ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਬੇਟੀ ਨੂੰ ਚੜ੍ਹਦੀ ਕਲਾ 'ਚ ਰੱਖ ਔਰ ਮਾਂ ਬਾਪ ਦਾ ਨਾਂ ਰੋਸ਼ਨ ਕਰੇ, ਇਹ ਸਾਡੀ ਸਾਰਿਆਂ ਦੀ ਕਾਮਨਾ। ਸਭ ਤੋਂ ਪਹਿਲਾਂ ਮੈਂ ਅੱਜ ਆਪਣੇ ਛੋਟੇ ਵੀਰ ਮੀਤ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਅੱਜ ਸਮਾਜ ਦੇ ਵਿੱਚ ਇੱਕ ਮੈਸੇਜ ਦਿੱਤਾ ਹੈ, ਕਿਉਂਕਿ ਭਰੂਣ ਹੱਤਿਆ ਜਿਹੜੀ ਬਹੁਤ ਵੱਧਦੀ ਜਾ ਰਹੀ ਸੀ, ਅੱਜ ਉਸ ਨੂੰ ਠੱਲ ਪਾਉਣ ਦਾ ਜਿਹੜਾ ਕੰਮ ਆ ਜੇ ਪ੍ਰੈਸ ਭਾਈਚਾਰੇ ਤੋਂ ਅਸੀਂ ਸ਼ੁਰੂ ਕਰਾਂਗੇ। ਅੱਜ ਮੈਂ ਵਧਾਈ ਦਿੰਦਾ ਆਪਣੇ ਮੀਤ ਵੀਰ ਨੂੰ ਕਿ ਜਿਨ੍ਹਾਂ ਨੇ ਅੱਜ ਆਪਣੀ ਬੇਟੀ ਦੀ ਲੋਹੜੀ ਜਿਹੜੀ ਮਨਾ ਕੇ ਇੱਕ ਉਹ ਕੰਮ ਕੀਤਾ ਕਿ ਅੱਜ ਮੁੰਡੇ ਅਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ ਔਰ ਅੱਜ ਕੱਲ੍ਹ ਜਿਹੜੀਆਂ ਧੀਆਂ ਨੇ ਜੋ ਮਾਪਿਆਂ ਨੂੰ ਪਿਆਰ ਉਹ ਦੇ ਸਕਦੀਆਂ ਨੇ, ਅੱਜ ਜਿਹੜੇ ਪੁੱਤ ਨੇ ਅੱਜ ਅਸੀਂ ਦੇਖਦੇ ਹਾਂ ਕਿ ਉਹ ਆਪਦੇ ਲਾਲਚਾਂ ਦੇ ਵਿੱਚ ਆ ਗਏ ਨੇ ਔਰ ਮੈਂ ਇਹ ਗੱਲ ਕਹਾਂਗਾ, ਇਹ ਮੈਸੇਜ ਦੇਣਾ ਚਾਹੁੰਦਾ ਕਿ ਸਾਨੂੰ ਸਾਰਿਆਂ ਨੂੰ ਹੀ ਇਹਨਾਂ ਧੀਆਂ ਨੂੰ ਪੁੱਤਾਂ ਦੇ ਵਾਂਗ ਪਿਆਰ ਦੇਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੀ ਛਾਂ ਹੈ ਅਸੀਂ ਇਹਨਾਂ ਤੋਂ ਮਾਣ ਸਕੀਏ ਔਰ ਗੁਰੂ ਸਾਹਿਬ ਨੇ ਵੀ ਸਭ ਤੋਂ ਉੱਚਾ ਜਿਹੜਾ ਦਰਜਾ ਹੈ ਉਹ ਔਰਤ ਨੂੰ ਦਿੱਤਾ ਹੈ, ਚਾਹੇ ਉਹ ਮਾਂ ਦੇ ਰੂਪ ਵਿੱਚ ਹੋਵੇ, ਚਾਹੇ ਪਤਨੀ ਦੇ ਰੂਪ ਵਿੱਚ ਹੋਵੇ, ਚਾਹੇ ਉਹ ਧੀ ਦੇ ਰੂਪ ਵਿੱਚ ਹੋਵੇ ਔਰ ਇਸ ਗੱਲ ਦੀ ਮੈਂ ਪੂਰੇ ਵਰਲਡ ਦੇ ਵਿੱਚ ਬੈਠੇ ਹੋਏ ਸਾਰੇ ਹੀ ਸਿੱਖਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਤੁਸੀਂ ਹੋ ਮੈਂ ਸਾਰਿਆਂ ਨੂੰ ਇਹ ਗੱਲ ਕਹਾਂਗੇ, ਇਸ ਵਾਰੀ ਸਭ ਤੋਂ ਵੱਧ ਜਿਹੜੇ ਫੰਕਸ਼ਨ ਆ ਸਾਨੂੰ ਉਹ ਧੀਆਂ ਦੀਆਂ ਲੋਹੜੀਆਂ ਦੇ ਆ ਰਹੇ ਆ ਔਰ ਇਹ ਜਿਹੜਾ ਇਹ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਜਿਹੜਾ 550 ਸਾਲਾਂ ਅਸੀਂ ਮਨਾ ਕੇ ਹਟੇ ਹਾਂ ਇਹ ਸਾਰੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਇੰਨਾ ਕੁਛ ਕਹਿੰਦਾ ਆ ਫਿਰ ਤੋਂ ਆਪਣੇ ਵੀਰ ਨੂੰ ਇਸ ਗੱਲ ਦੀ ਵਧਾਈ ਦੇਣਾ। ਅੱਜ ਲੋਹੜੀ ਦੇ ਇਸ ਤਿਉਹਾਰ ਦੇ ਉੱਤੇ ਮੈਂ ਆਪਣੀ ਧੀ ਦੇ ਨਾਮ ਲੋਹੜੀ ਸੈਲੀਬ੍ਰੇਟ ਕੀਤੀ ਆ, ਅਮਾਇਰਾ ਮੇਰੀ ਧੀ ਦਾ ਨਾਮ ਹੈ, ਉਹਦੇ ਨਾਮ ਮੈਂ ਲੋਹੜੀ ਸੈਲੀਬ੍ਰੇਟ ਅੱਜ ਕੀਤੀ ਆ ਕਿਉਂਕਿ ਮੈਨੂੰ ਲੱਗਦਾ ਕਿ ਧੀਆਂ ਦੇ ਨਾਮ ਦੀ ਲੋਹੜੀ ਮਨਾਈ ਜਾਣੀ ਚਾਹੀਦੀ ਹੈ, ਸਿਰਫ ਪੁੱਤਾਂ ਦੇ ਨਾਮ ਹੀ ਨਹੀਂ ਧੀਆਂ ਦੇ ਨਾਮ ਵੀ ਲੋਹੜੀ ਹੋਣੀ ਚਾਹੀਦੀ ਆ। ਮੈਂ ਪੁੱਤਾਂ ਦੇ ਨਾਮ ਜਿਹੜੀ ਲੋਹੜੀ ਮਨਾਈ ਜਾਂਦੀ ਹੈ ਉਹਦੇ ਵਿਰੋਧ 'ਚ ਵੀ ਨਹੀਂ ਹਾਂ, ਲੇਕਿਨ ਮੈਂ ਚਾਹੁੰਦਾ ਕਿ ਧੀਆਂ ਦੇ ਨਾਮ 'ਤੇ ਵੀ ਉਹ ਉਸੇ ਤਰੀਕੇ ਨਾਲ ਲੋਹੜੀ ਮਨਾਈ ਜਾਵੇ ਜਿਸ ਤਰੀਕੇ ਨਾਲ ਪੁੱਤਾਂ ਦੇ ਨਾਮ 'ਤੇ ਲੋਹੜੀ ਮਨਾਈ ਜਾਂਦੀ ਹੈ, ਪੁੱਤਾਂ ਦੀ ਲੋਹੜੀ ਮਨਾਈ ਜਾਂਦੀ ਹੈ। ਤਾਂ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਸ ਲੋਹੜੀ ਸੈਲੀਬ੍ਰੇਸ਼ਨ 'ਤੇ ਪਹੁੰਚੇ, MLA
ਕਾਫੀ ਪਹੁੰਚੇ ਨੇ ਅਤੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਮੈਨੂੰ ਲੱਗਦਾ ਕਿ ਸਭ ਨੂੰ ਧੀਆਂ ਦੇ ਨਾਮ ਦੀ ਲੋਹੜੀ ਮਨਾਉਣੀ ਚਾਹੀਦੀ ਹੈ। ਤਾਜ਼ਾ ਅਪਡੇਟਸ ਕੇ ਲਈ ਅਰਥ ਪ੍ਰਕਾਸ਼ ਟੀਵੀ ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਕੋ ਪ੍ਰੈਸ ਕਰੇ।